ਪਰੀ ਮਾਰਕੀਟ ਜਦੋਂ ਦਹਿਸ਼ਤ ਫੈਲ ਗਈ ਜਦੋਂ ਤਿੰਨ ਨਕਾਬਪੋਸ਼ ਹਮਲਾਵਰਾਂ ਨੇ ਇੱਕ ਨੌਜਵਾਨ ਦੀ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਦੀ ਆਵਾਜ਼ ਸੁਣ ਕੇ ਆਲੇ ਦੁਆਲੇ ਦੇ ਲੋਕ ਵੀ ਭੱਜ ਕੇ ਆਪਣੀ ਜਾਨ ਬਚਾਉਣ ਲੱਗੇ। ਹਮਲਾ ਕਰਨ ਵਾਲੇ ਹਮਲਾਵਰਾਂ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ। ਇੱਥੇ ਬਾਈਕ ਤੇ ਸਵਾਰ ਹੋ ਕੇ ਆਏ ਤਿੰਨ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਜਿਸਦਾ ਨਾਮ ਅਨੁਜ ਦੱਸਿਆ ਜਾ ਰਿਹਾ ਉਸ ਤੇ ਅੰਨੇ ਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਅਨੁਜ ਦੀ ਮੌਕੇ ਤੇ ਹੀ ਮੌਤ ਹੋ ਗਈ। ਹਮਲਾਵਰ ਕੌਣ ਸਨ ਇਹ ਹਾਲੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ। ਤਸਵੀਰਾਂ ਦੇ ਵਿੱਚ ਨਜ਼ਰ ਆਇਆ ਹੈ ਕਿ ਇਹ ਤਿੰਨ ਨਕਾਬਪੋਸ਼ ਹਮਲਾਵਰ ਬਾਈਕ ਤੇ ਆਉਂਦੇ ਨੇ ਅਤੇ ਇਸ ਅਨੁਜ ਨਾਮ ਦੇ ਨੌਜਵਾਨ ਦੇ ਦਫ਼ਤਰ 'ਚ ਵੜ ਜਾਂਦੇ ਨੇ ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਦਫ਼ਤਰ ਦੇ ਵਿੱਚ ਵੜ ਕੇ ਅੰਨੇ ਵਾਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਉਸ ਦੌਰਾਨ ਅਨੁਜ ਨਾਲ ਉਸਦੇ ਕੁਝ ਸਾਥੀ ਵੀ ਮੌਜੂਦ ਹੁੰਦੇ ਨੇ ਪਰ ਹਮਲਾਵਰਾਂ ਦੇ ਵੱਲੋਂ ਸਿਰਫ ਅਨੁਜ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਤੇ ਉਸਤੇ ਅੰਨੇ ਵਾਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਿਸ ਨਾਲ ਅਨੁਜ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਫਾਇਰਿੰਗ ਕਰਨ ਤੋਂ ਬਾਅਦ ਇਹ ਹਮਲਾਵਰ ਉੱਥੋਂ ਫਰਾਰ ਹੋ ਜਾਂਦੇ ਨੇ। ਇਸ ਵਾਰਦਾਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਇੱਕ ਨਾਲ ਹੀ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ। ਦਰਅਸਲ ਇਹ ਹਮਲਾਵਰ ਜਦੋਂ ਆਉਂਦੇ ਨੇ ਤਾਂ ਨਾਲ ਵਾਲੀ ਦੁਕਾਨ ਤੇ ਕੁਝ ਲੋਕ ਬੈਠੇ ਹੁੰਦੇ ਨੇ। ਹਮਲਾਵਰ ਉਸ ਦੁਕਾਨ ਦੇ ਅੱਗੋਂ ਦੀ ਹੋ ਕੇ ਅਨੁਜ ਦੇ ਦਫ਼ਤਰ ਵੱਲ ਜਾਂਦੇ ਨੇ, ਅੰਦਰ ਵੜ ਕੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ, ਅਨੁਜ ਦਾ ਬੇਰਹਿਮੀ ਨਾਲ ਕਤਲ ਕਰ ਦਿੰਦੇ ਨੇ ਅਤੇ ਫਿਰ ਉੱਥੋਂ ਫਰਾਰ ਹੋ ਜਾਂਦੇ ਨੇ। ਗੋਲੀਆਂ ਦੀ ਆਵਾਜ਼ ਸੁਣ ਕੇ ਨਾਲ ਬੈਠੇ ਸ਼ਖਸ ਵੀ ਡਰ ਜਾਂਦੇ ਨੇ ਤੇ ਅੰਦਰ ਨੂੰ ਭੱਜ ਜਾਂਦੇ ਨੇ। ਜਦੋਂ ਇਹ ਹਮਲਾਵਰ ਉੱਥੋਂ ਫਰਾਰ ਹੋ ਜਾਂਦੇ ਨੇ ਤਾਂ ਫਿਰ ਅਨੁਜ ਨੂੰ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਡਾਕਟਰ ਉਸਨੂੰ ਮ੍ਰਿਤਕ ਐਲਾਨ ਦਿੰਦੇ ਨੇ। ਜਿਸ ਤਰ੍ਹਾਂ ਦੇ ਨਾਲ ਇਹ ਹਮਲਾ ਹੋਇਆ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹ ਕਿਸੇ ਰੰਜਿਸ਼ ਦਾ ਮਾਮਲਾ ਹੋ ਸਕਦਾ ਹੈ ਕਿਉਂਕਿ ਅਨੁਜ ਦੇ ਨਾਲ ਹੋਰ ਵੀ ਸਾਥੀ ਸਨ ਪਰ ਹਮਲਾਵਰਾਂ ਦੇ ਵੱਲੋਂ ਸਿਰਫ ਅਨੁਜ ਤੇ ਹੀ ਗੋਲੀਆਂ ਚਲਾਈਆਂ ਗਈਆਂ ਨੇ। ਹਾਲਾਂਕਿ ਇਹ ਹਮਲਾਵਰ ਕੌਣ ਸਨ ਤੇ ਇਹਨਾਂ ਵੱਲੋਂ ਹਮਲਾ ਕਿਉਂ ਕੀਤਾ ਗਿਆ ਜਾਂ ਰੰਜਿਸ਼ ਕੀ ਸੀ ਇਸ ਦਾ ਪਤਾ ਪੁਲਿਸ ਲਗਾ ਰਹੀ ਹੈ। ਪੁਲਿਸ ਦੇ ਵੱਲੋਂ ਹੋਰ ਵੀ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਮੌਕੇ ਤੇ ਪਹੁੰਚੀ ਪੁਲਿਸ ਨੂੰ ਇੱਥੇ ਗੋਲੀਆਂ ਦੇ 12 ਖਾਲੀ ਖੋਲ ਮਿਲੇ ਨੇ ਜਿਸ ਤੋਂ ਜ਼ਾਹਰ ਹੋ ਰਿਹਾ ਹੈ ਕਿ ਕਿੰਨੇ ਰਾਉਂਡ ਫਾਇਰ ਇਹਨਾਂ ਹਮਲਾਵਰਾਂ ਨੇ ਅਨੁਜ ਤੇ ਕੀਤੇ ਹੋਣਗੇ। ਇਹ ਵਾਰਦਾਤ ਬਹਾਦਰਗੜ੍ਹ ਦੇ ਝੱਜਰ ਸ਼ਹਿਰ ਦੀ ਹੈ ਜਿੱਥੇ ਰਾਤ ਵੇਲੇ ਹਮਲਾਵਰ ਆਉਂਦੇ ਨੇ ਤੇ ਇੱਕ ਨੌਜਵਾਨ ਤੇ ਅੰਨੇ ਵਾਹ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ, ਉਸਦਾ ਬੇਰਹਿਮੀ ਨਾਲ ਕਤਲ ਕਰ ਜਾਂਦੇ ਨੇ। ਹੁਣ ਪੁਲਿਸ ਦੇ ਵੱਲੋਂ ਵੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਹਨਾਂ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਚਾਰੇ ਪਾਸੇ ਨਾਕੇਬੰਦੀ ਕਰਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। यहाँ जो अपना दिल्ली गेट है यहाँ पे गोली चलने की सूचना मिलने उपरांत पुलिस यहाँ पर पहुंची है और अभी हॉस्पिटल जाके इस सारे मामले को चेक करेगी और जो मौका पर थे उनके बयान के आधार पर अगली कार्रवाई करेगी। सर क्या रंजिश वगैरह बताई गई? अभी मौके पर एम एफ एस आई मौके पर आए हैं और इंक्वायरी और जांच के बाद पता चलेगा। कितने लोग सर यहाँ पे क्या कर रहा था मेरे तक यहाँ पे और कितने लोग अंदर? ये ऑफिस है, ऑफिस का जो है इसके अंदर बैठे हुए थे, यही अभी तक ज्ञात हुआ है और अभी हॉस्पिटल जाने के बाद बयान लेने के बाद स्टेटमेंट के बाद ही पूरे